ਮੰਮੀ ਟੈਨਸ਼ਨ ਨਾ ਲਈ, ਇੱਦਾਂ ਕਰਨਾ ਆਪਾਂ, ਇੱਦਾਂ ਕਰਨਾ। ਮੈਨੂੰ ਵਾਰੀ ਹੋਣੀ ਦਾ ਭੇਤ ਲੱਗ ਜਾਂਦਾ। ਰਵਿੰਦਰ ਸਿੰਘ ਵਿਆਹੇ ਸੀਗੇ? ਨਹੀਂ, ਕੁਆਰ ਆਈ ਸੀ ਹਜੇ। ਬ੍ਰਾਂਚ ਕੋਲ ਕੋਲ ਦੋ ਬੇਟੀਆਂ ਵੱਡੀਆਂ, ਛੋਟਾ ਹੀ ਛੋਟਾ ਸੀ ਪੁੱਤ ਮੇਰਾ। ਸੌਕ 5 ਮਹੀਨੇ ਹੋਏ ਹੁਣ ਤੇ। ਕਦੋਂ ਗੱਲ ਹੋਈ ਸੀ? 1 ਦਿਨ ਪਹਿਲਾਂ ਹੋਈ ਸੀ। ਕੀ ਕਹਿੰਦੇ ਸੀਗੇ? ਏਦਾਂ ਬੜੀਆਂ ਸੋਹਣੀਆਂ ਗੱਲਾਂ ਕਰਦਾ, ਨੋਰਮਲ ਹੱਸਦੇ ਖੇਡਦੇ, ਪਰਿਵਾਰ ਕੀ ਗੱਲਾਂ ਕਰਦਾ ਸੀ। ਮੰਮੀ ਟੈਨਸ਼ਨ ਨਾ ਲਈ, ਏਦਾਂ ਕਰਨਾ ਆਪਾਂ, ਏਦਾਂ ਕਰਨਾ। ਮੈਂ ਕਦੀ ਨਾ ਕਰਦੀ, ਮੈਨੂੰ ਪਤਾ ਹੁੰਦਾ, ਰੱਬ ਨੇ ਮੇਰੇ ਤੋਂ ਪਹਿਲਾਂ ਹੀ ਓਹਲੇ ਕਰ ਦਿੱਤਾ। ਮੈਂ ਕਦੀ ਪੁੱਤ ਨੂੰ ਘਰੋਂ ਬਾਹਰ ਨਾ ਆਉਣ ਦਿੰਦੀ, ਮੈਨੂੰ ਉਹਦੀ ਹੋਣੀ ਦਾ ਭੇਤ ਲੱਗ ਜਾਂਦਾ। ਰਵਿੰਦਰ ਸਿੰਘ ਵਿਆਹੇ ਸੀਗੇ? ਨਹੀਂ, ਕੁਆਰ ਆਈ ਸੀ ਹਜੇ। ਬ੍ਰਾਂਚ ਕੋਲ ਕੋਲ ਦੋ ਬੇਟੀਆਂ ਵੱਡੀਆਂ, ਛੋਟਾ ਹੀ ਛੋਟਾ ਸੀ ਪੁੱਤ ਮੇਰਾ। ਤੁਹਾਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ? ਬਹੁਤ ਮੈਨੂੰ ਨਹੀਂ ਸੀ ਪਤਾ, ਇੱਥੇ ਪਿੰਡ 'ਚ ਪਤਾ ਸੀ ਮੈਨੂੰ, ਤਾਂ ਜਾ ਕੇ 3 ਵਜੇ ਪਤਾ ਲੱਗਾ। ਮੈਨੂੰ ਨਹੀਂ ਕਿਸੇ ਨੇ ਵੀ ਦੱਸਿਆ। ਹਰ ਮਾਂ ਪਿਓ ਨੂੰ ਆਪਣੇ ਬੱਚੇ ਦੀ ਬੜੀਆਂ ਉਮੀਦਾਂ ਹੁੰਦੀਆਂ, ਕੀ ਉਮੀਦ ਰੱਖੀ ਸੀ ਤੁਸੀਂ? ਬਹੁਤ ਜ਼ਿਆਦਾ ਉਮੀਦ ਸੀ, ਬਹੁਤ ਰੀਝਾਂ ਸੀ ਬੁੱਤ ਦੇ ਨਾਲ। ਅਕਸਰ ਕਬੱਡੀ ਖੇਡਣ ਜਾਂਦੇ ਸੀਗੇ, ਲਾਉਂਦੇ ਸੀ, ਕੀ ਗੱਲਬਾਤ ਹੁੰਦੀ ਸੀ ਪਰਿਵਾਰ ਨਾਲ? ਬਹੁਤ ਗੱਲਾਂ ਕਰਦਾ ਹੁੰਦਾ ਸੀ, ਮੰਮੀ ਇੱਦਾਂ ਕਰਨਾ ਆਪਾਂ, ਘਰ ਦੀਆਂ ਗੱਲਾਂ ਕਰੀ ਜਾਣੀਆਂ, ਇੱਦਾਂ ਮੰਮੀ ਕਰਾਂਗੇ, ਇੱਦਾਂ ਕੰਮ ਕਰਾਂਗੇ। ਮੈਨੂੰ ਨਹੀਂ ਸੀ ਪਤਾ, ਪੁੱਤ ਨੇ ਇੰਨਾ ਹੀ ਮੈਨੂੰ ਇੱਥੇ ਛੱਡ ਜਾਣਾ ਵਾ। ਕੀ ਮੰਗ ਕਰਦਾ ਪਰਿਵਾਰ? ਮੰਗ ਇਹੋ ਆ ਵੀ ਸਾਡਾ ਬੱਚਾ ਹੀ ਡਿਗਾ ਜੇ, ਇਹੋ ਸਾਡੀ ਬੇਨਤੀ ਆ, ਸਾਡਾ ਬੱਚਾ ਸਾਡੇ ਕੋਲ ਆ ਜੇ। ਕੀ ਲੱਗਦਾ ਤੁਹਾਡੇ? ਆਪਣਾ ਫਰੈਂਡ ਹੀ ਸੀਗਾ ਜੀ, ਬਹੁਤ ਕਲੋਜ਼ ਫਰੈਂਡ ਸੀਗਾ ਜੀ। ਕੀ ਕੰਮ ਕਰਦੇ ਸੀਗੇ? ਉਹ ਕਬੱਡੀ ਖੇਡਦਾ ਸੀ ਇੱਥੇ ਜੀ, ਨੈਸ਼ਨਲ ਪੱਧਰ ਤੇ, ਇੰਟਰਨੈਸ਼ਨਲ ਪੱਧਰ ਤੇ। ਹਾਂਜੀ, ਵਧੀਆ ਪਲੇਅਰ ਸੀਗਾ ਜੀ, ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਉਹ। ਕਿਹੜੇ ਕਿਹੜੇ ਕਲੱਬਾਂ 'ਚ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ? ਹਾਂਜੀ, ਉਹ ਆਪਣੇ ਢਿਲਮਾ ਬਾਬਾ ਬ੍ਰਹਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ, ਅਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ, ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਜੀ। ਕਾਫੀ ਨਾਂ ਸੀ ਪੰਜਾਬ 'ਚ, ਕਾਫੀ ਨਾਂ ਸੀ ਉਹਨਾਂ ਦਾ ਜੀ। ਅਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਉਹਨਾਂ ਨੂੰ ਪਤਾ ਕੁਛ ਤੁਹਾਨੂੰ? ਹਾਂਜੀ, ਵਿਦੇਸ਼ ਸਰੀ BC ਦਾ ਨਾਂ ਦਾ ਕਰਕੇ ਕਲੱਬ ਆ, ਉਹਨਾਂ ਨੇ ਬੁਲਾਇਆ ਸੀ ਜੀ।
ਜਿਹੜੇ ਆਪਣੇ ਕਲੱਬ ਨੇ ਉਹਨੂੰ ਸਪੋਂਸਰ ਕੀਤਾ ਸੀਗਾ, ਉਹ ਉੱਥੇ ਟੂਰਨਾਮੈਂਟ ਸੀਗਾ? ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ। ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਆ ਕਿ ਉਹ ਅਜੇ ਅਧੂਰਾ ਹੀ ਰਹਿ ਗਿਆ ਛੱਡ ਗਏ? ਹਾਂਜੀ ਇਹਦੇ ਬਾਰੇ ਨਹੀਂ ਕੁਛ ਪਤਾ ਜੀ। ਇੱਥੇ ਪਿੰਡ 'ਚ ਕਿਉਂ ਕਿਤੋਂ ਪਤਾ ਲੱਗਦਾ, ਕਿਵੇਂ ਪਤਾ ਲੱਗਦਾ? ਪਿੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਹੀ ਪਤਾ ਲੱਗ ਗਿਆ ਸੀਗਾ ਉਹ ਡੈਥ ਹੋ ਚੁੱਕੀ ਆ, ਪਰ ਪਰਿਵਾਰ ਨੂੰ ਨਹੀਂ ਸੀ ਪਤਾ ਅਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ, ਕਿਉਂਕਿ ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਸੀਗਾ, ਦੋ ਭੈਣਾਂ ਦਾ ਭਰਾ ਸੀਗਾ ਜੀ। ਉਹ ਮੇਰੇ ਬੇਟੇ ਸੀਗੇ ਜੀ। ਵਿਦੇਸ਼ ਕਿਤੋਂ ਗਏ ਔਰ ਕਿਸ ਵੇਸ 'ਤੇ ਗਏ? ਉਹ ਕਬੱਡੀ ਤੌਰ 'ਤੇ ਗਏ ਆ ਜੀ, 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ। ਘਟਨਾ ਕਿਵੇਂ ਵਾਪਰੀ? ਘਟਨਾ ਇਹ ਅਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ, ਦੱਸਦੇ ਆ ਇਹ ਮਤਲਬ ਇਕੱਲਾ ਸੀਗਾ ਉੱਥੇ ਕਮਰੇ ਦੇ ਵਿੱਚ, ਜਦੋਂ ਇਹਨਾਂ ਨੇ ਕਿਸੇ ਨੇ ਵੇਖਿਆ ਵਾ ਤਾਂ ਉਸ ਟਾਈਮ ਇਹਦੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ, ਉਹ ਤੋਂ 3-4 ਘੰਟੇ ਬਾਅਦ 'ਚ ਇਹਦੀ ਮੌਤ ਹੋ ਗਈ ਆ ਜੀ। ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ? ਸਾਨੂੰ ਨੈੱਟ ਰਾਹੀਂ, ਨੈੱਟ 'ਤੇ ਪਾਇਆ ਜੀ, ਉਹ ਤੋਂ ਪਹਿਲਾਂ ਕਿਸੇ ਨੇ ਆਮ ਲੋਕਾਂ ਨੂੰ ਪਤਾ ਲੱਗ ਗਿਆ, ਸਾਨੂੰ ਇਸ ਲਈ ਜਾ ਕੇ ਪਤਾ ਲੱਗਾ, ਲੇਟ ਲੱਗਾ ਪਤਾ, ਬਹੁਤ ਸਾਨੂੰ ਦੱਸੇ ਨਾ ਕੋਈ। ਤੁਸੀਂ ਉੱਥੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ? ਸਾਡੀ ਹਾਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ, ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀਆ ਆਇਆ ਹੋਇਆ ਸੀਗਾ, ਅਤੇ ਹਾਲੇ ਤੱਕ ਸਾਡੀ ਉਹ ਨਾ ਹੁਣ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਆ ਜੀ, ਕੱਲ੍ਹ ਦੀ ਕੁਛ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜੇ ਆ ਕਾਗਜ਼ ਪੱਤਰ, ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਰਹੇ ਆ ਜੀ ਉੱਥੇ। ਇਹ ਬਿੱਲਾ ਤਾਂ ਇੱਧਰ ਆਇਆ ਹੋਇਆ ਸੀਗਾ ਜੀ, ਜਿਹਦੇ ਰੂਮ 'ਚ ਰਹਿੰਦੇ ਸੀਗੇ, ਇਸ ਮੌਕੇ 'ਤੇ ਹੈ ਨਹੀਂ ਸੀ। ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ, ਅਤੇ ਬਾਕੀ ਅਸੀਂ ਤੁਹਾਨੂੰ ਪਤਾ ਹੈ ਜੀ ਅਸੀਂ ਮਾੜੇ ਪਰਿਵਾਰ ਨਾਲ ਬਿਲੋਂਗ ਕਰਦੇ ਹਾਂ। ਅਸੀਂ ਵੈਨਕੂਵਰ ਕੈਨੇਡਾ 'ਚ ਰਹਿੰਦੇ ਜੀ, ਜਿੱਥੇ ਬਲਵਿੰਦਰ ਸਿੰਘ ਉੱਥੇ ਹੀ ਇਤਿਹਾਸਿਕ ਕਬੱਡੀ ਖੇਡਣ ਵਾਸਤੇ ਸਾਡੇ ਕੋਲ ਹੀ ਰਹਿ ਰਿਹਾ ਸੀ ਇੱਥੇ ਵੈਨਕੂਵਰ। ਕੀ ਉਹ ਕਬੱਡੀ ਖੇਡਦੇ ਸੀਗੇ? ਉਹ ਕਬੱਡੀ ਖੇਡਦੇ ਸੀਗੇ, ਬਹੁਤ ਅੱਛੇ ਪਲੇਅਰ ਸੀਗੇ ਉਹਨਾਂ ਦੇ, ਨੈਸ਼ਨਲ ਪੱਧਰ ਇੰਟਰਨੈਸ਼ਨਲ ਪੱਧਰ 'ਤੇ ਕਬੱਡੀ ਦਾ ਪਲੇਅਰ ਸੀਗਾ। ਅਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀ ਤੋਂ ਕਲੱਬ ਹੈਗੀ ਆ, ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੁਸਾਇਟੀ ਐਂਡ ਕਿਡਸ ਪਲੇ, ਜਿਹਦੇ ਕਿ ਸਪੋਂਸਰ ਕਰਨ ਵਾਲੇ ਜੀਵਨ ਅਤੇ ਕੁਲਵਿੰਦਰ ਹੋਣੀ ਕੈਲ ਦਸਾਨ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਉਹ ਨੇ। ਟੂਰਨਾਮੈਂਟ ਹੋਇਆ ਉੱਥੇ, ਸਭ ਕੁਛ ਰਹਿੰਦਾ ਸਾਡੇ ਕੋਲ ਸੀਗਾ ਅਤੇ ਆਪਣੇ ਘਰ ਦੇ ਨਾਲ। ਕਦੋਂ ਗਏ ਸੀਗੇ ਉਹ ਦੇਸ਼? ਇਹ ਉੱਥੇ ਤਾਂ ਜੁਲਾਈ ਦੇ ਵਿੱਚ ਮੇਰੇ ਖਿਆਲ ਗਏ ਆ, ਸਾਡੇ ਕੋਲ ਥੋੜ੍ਹੇ ਚਿਰ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ, ਇੱਥੇ ਆ ਗਿਆ ਸੀ, ਉਹਦਾ ਉੱਥੇ ਹੈ ਨਹੀਂ ਸੀ ਕੋਈ ਵੀ, ਅਤੇ ਇਹ ਆਪਣੇ ਸਾਡੇ ਪਰਿਵਾਰ 'ਚੋਂ ਹੀ ਨੇ ਟੱਬਰ ਜਿਹੜਾ ਹੈਗਾ, ਅਤੇ ਸਾਡੇ ਕੋਈ ਰਹਿ ਰਿਹਾ ਸੀਗਾ, ਸਾਰੀ ਦੇਖਭਾਲ ਸਾਡੇ ਅੰਦਰ ਹੀ ਸੀਗੀ। ਅਤੇ ਅਚਾਨਕ ਉਹ ਇਕੱਲਾ ਨਾਲ ਦੇ ਘਰ 'ਚ ਸੀਗਾ ਉੱਥੇ, ਉਹ ਭਤੀਜਾ ਮੇਰਾ ਦੇਖਣ ਗਿਆ, ਅਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆਣ ਕੇ ਦੱਸਿਆ ਕਿ ਉਹ ਤਲਵਿੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ, ਵੀ ਕੋਈ ਗੜਬੜਿਆ। ਫਿਰ ਐਂਬੂਲੈਂਸ ਕਾਲ ਕੀਤੀ ਅਤੇ ਉਹ ਆਏ, ਤਾਂ ਉਹਨਾਂ ਨੇ ਉਹਨੂੰ ਡੈਡ ਘੋਸ਼ਿਤ ਕਰ ਦਿੱਤਾ, ਵੀ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਉਹਦੀ ਹਾਰਟ ਅਟੈਕ ਦੇ ਨਾਲ। ਅਤੇ ਇਹੀ ਜਾਣਕਾਰੀ ਜਿਹੜੀ ਉਹ ਪੁਲਿਸ ਕੋਲ ਸਾਨੂੰ ਮਿਲੀ ਆ।